ਮਾਨਸਾ ਦੇ ਪਿੰਡ ਰੰਗਰਿਆਲ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ 'ਤੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਭੋਗ ਪਾਉਣ ਤੋਂ ਬਾਅਦ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਮਾਨਸਾ ਤੋਂ ਸੁਖਚੈਨ ਸਿੰਘ ਦੀ ਰਿਪੋਰਟ। ਸਦਾ ਸਹਿਕਾਈਐ ਸੰਤ ਕੇ ਦੁਖੀ ਕੀ ਪੁਜੈ ਨਾ ਆਸਾ ਸੰਤ ਕੇ ਦੁਖ ਨ ਦ੍ਰਿਸ਼ਟੈ ਕੋਇ ਦਇਆ ਤਿਰਤ ਨ ਮਿਟੈ ਕੋਇ। ਅੱਜ ਸਮੂਹ ਸੰਗਤਾਂ ਵੱਲੋਂ ਰਲ ਮਿਲ ਕੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪੱਤਰ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਗੁਰਮਤਿ ਸਮਾਗਮ ਰੱਖਿਆ ਗਿਆ ਸੀ, ਜਿਹਦੇ ਵਿੱਚ ਗੁਰਮਤਿ ਵਿਚਾਰਾਂ ਹੋਈਆਂ ਨੇ। ਸੋ ਸਮੂਹ ਸੰਗਤਾਂ ਨੂੰ ਜਿੱਥੇ ਇਸ ਨਗਰ ਦੇ ਵਿੱਚ ਅੱਜ ਬੇਨਤੀਆਂ ਕੀਤੀਆਂ ਗਈਆਂ ਨੇ, ਇਤਿਹਾਸ ਤੋਂ ਜਾਣੂ ਕਰਵਾਇਆ ਗਿਆ। ਸੋ ਸੋਸ਼ਲ ਮੀਡੀਆ ਦੁਆਰਾ ਵੀ ਆਪ ਸਭ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਜੋ ਲਾਸਾਨੀ ਸ਼ਹਾਦਤ ਹੈ, ਜੋ ਸ਼ਹੀਦਾਂ ਦੇ ਸਰਤਾਜ ਮੰਨੇ ਜਾਂਦੇ ਹੈ, ਜੋ ਉਹਨਾਂ ਦੀ ਸ਼ਹਾਦਤ ਹੈ ਉਹ ਸਾਡੇ ਸਿੱਖ ਕੌਮ ਵਾਸਤੇ ਬਹੁਤ ਹੀ ਅਣਮੁੱਲੀ ਦੇਣ ਹੈ। ਉਹ ਇੱਕ ਘਰ ਵਾਸਤੇ ਜਾਂ ਪਰਿਵਾਰ ਵਾਸਤੇ ਹੀ ਸੀ ਹੈ ਮੰਨਿਆ ਜਾਵੇ ਤਾਂ ਸਭ ਤੋਂ ਵੱਡੀ ਇਹੀ ਗੱਲ ਕਾਰਨ ਮੰਨਿਆ ਜਾਂਦਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਚਨਾ ਦੇ ਸੰਬੰਧ ਵਿੱਚ ਲੈ ਕੇ ਸਮੇਂ ਦੀਆਂ ਸਰਕਾਰਾਂ ਵੱਲੋਂ ਬਹੁਤ ਜਿਹੜੇ ਘਿਨਾਉਣੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਡੀ ਵੀ ਬਾਣੀ ਲਿਖੀ ਜਾਵੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਵੀ ਇਹ ਬਾਣੀ ਕਿਸੇ ਮਨੁੱਖ ਦੀ ਨਹੀਂ ਹੈ, ਧੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ ਹੈ, ਇਹ ਸੱਚ ਸੁਣਾਈ ਸੀ ਸੱਚ ਕੀ ਵੇਲਾ ਹੈ। ਇਹਦੇ ਵਿੱਚ ਕਿਸੇ ਮਨੁੱਖ ਦੀ ਵਡਿਆਈ ਨਹੀਂ ਦਰਜ ਕੀਤੀ ਜਾ ਸਕਦੀ, ਅਤੇ ਨਾਲ ਹੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ
ਜੋ ਗੁਰੂ ਸਤਿਗੁਰ ਸੱਚੇ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਪ੍ਰਮਾਣ ਕੀਤਾ, ਤਨ ਮਨ ਕਾਟ ਕਾਟ ਸਿਰ ਅਰਪੀ ਵਿੱਚ ਅਗਨੀ ਆਪ ਜਲਾਈ। ਇਹਦੇ ਅਰਥ ਇਹ ਨੇ ਕਿ ਗੁਰੂ ਕੇ ਸਿੱਖ ਨੂੰ ਤਨ ਮਨ ਧਨ ਕਟਾਉਣਾ ਪੈ ਸਕਦਾ, ਅੱਗ ਦੇ ਵਿੱਚ ਵੀ ਆਪਣੇ ਆਪ ਨੂੰ ਛਡਾਉਣਾ ਪੈ ਸਕਦਾ ਕੌਮ ਵਾਸਤੇ ਧਰਮ ਵਾਸਤੇ। ਸੋ ਸਾਡੇ ਗੁਰੂ ਸਾਹਿਬਾਨਾਂ ਨੇ ਇਕੱਲਾ ਕਿਹਾ ਹੀ ਨਹੀਂ ਵੀ ਕਿਹਾ ਹੀ ਹੈ, ਉਹਨਾਂ ਨੇ ਆਪ ਹੀ ਆਪਣੇ ਤਨ ਦਾ ਜਿਹੜਾ ਸੀ ਬਲੀਦਾਨ ਦੇ ਕੇ ਦਿਖਾਇਆ, ਆਪਣੇ ਆਪ ਨੂੰ ਤੱਤੀ ਤਵੀ 'ਤੇ ਬਿਠਾ ਕੇ ਦਿਖਾਇਆ। ਤੱਤੀ ਤਵੀ 'ਤੇ ਬੈਠ ਕੇ ਵੀ ਉਹਨਾਂ ਨੇ ਇੱਕੋ ਹੀ ਗੱਲ ਕਹੀ ਆ ਕਿ ਤੇਰਾ ਕੀ ਆ ਮਿੱਠਾ ਲੱਗੇ ਹਰਨਾਮ ਪਦਾਰਥ ਨਾਨਕ ਮੰਗੇ। ਸੋ ਸਿੱਖ ਕੌਮ ਐਸੀ ਇੱਕ ਐਸੀ ਕੌਮ ਹੈ ਜਿਹੜੀ ਸਰਬੱਧਾ ਭਲਾ ਮੰਗਣ ਵਾਲੀ ਹੈ। ਅਜੋਕੇ ਸਮੇਂ ਦੇ ਵਿੱਚ ਸਿੱਖ ਕੌਮ ਨੂੰ ਬੜੇ ਹੋਰ ਤਰ੍ਹਾਂ ਦੇ ਹਿਸਾਬ ਨਾਲ ਜਿਹੜਾ ਹੈ ਪ੍ਰਚਾਰਿਆ ਜਾ ਰਿਹਾ ਹੈ ਕਿ ਸਿੱਖ ਲੋਕ ਇਸ ਤਰ੍ਹਾਂ ਦੇ ਹੁੰਦੇ ਨੇ, ਪਰ ਮੈਂ ਤੁਹਾਨੂੰ ਬੇਨਤੀ ਕਰਾਂ ਸਿੱਖ ਕੌਮ ਦੇ ਸਿਧਾਂਤਾਂ ਵੱਲ। ਅਤੇ ਸਾਡੇ ਗੁਰੂ ਸਾਹਿਬਾਨਾਂ ਨੇ ਤਾਂ ਸਾਨੂੰ ਇੱਕ ਤੱਤੀ ਤਵੀ 'ਤੇ ਬੈਠ ਕੇ ਵੀ ਠੰਡੇ ਰਹਿਣ ਦਾ ਉਪਦੇਸ਼ ਦਿੱਤਾ। ਅੱਜ ਵੀ ਅਸੀਂ ਠੰਡੇ ਜਲ ਦੀਆਂ ਛਬੀਲਾਂ ਲਾ ਰਹੇ ਹਾਂ, ਅਸੀਂ ਕੋਈ ਤੱਤੇ ਨਹੀਂ ਜਾਂ ਕੋਈ ਕਿਸੇ ਪ੍ਰਤੀ ਗਲਤ ਕਰਮ ਕਰਨ ਵਾਲੇ ਨਹੀਂ ਹਾਂ। ਅਸੀਂ ਅੱਜ ਵੀ ਸਾਡੇ ਗੁਰੂ ਸਾਹਿਬਾਨਾਂ ਦੇ ਦਿੱਤੇ ਹੋਏ ਸਿਧਾਂਤਾਂ 'ਤੇ ਚੱਲਣ ਵਾਲੇ ਹਾਂ। ਗੁਰੂ ਸਾਹਿਬਾਨਾਂ ਵੱਲੋਂ ਦਿੱਤੀ ਹੋਈ ਦਾਤਾਂ, ਜੋ ਸਾਨੂੰ ਸਾਡਾ ਵਿਰਸਾ ਹੈ ਜਾਂ ਸਾਨੂੰ ਦਿੱਤਾ ਹੋਇਆ ਇਤਿਹਾਸ ਹੈ, ਅੱਜ ਵੀ ਅਸੀਂ ਐਡੀ ਤਕੜੀ ਸ਼ਹਾਦਤ, ਐਡੀ ਵੱਡੀ ਸ਼ਹਾਦਤ ਹੋਣ ਤੋਂ ਬਾਅਦ ਵੀ ਸਾਰਿਆਂ ਨੂੰ ਕਹਿ ਰਹੇ ਹਾਂ ਵੀ ਠੰਡੇ ਰਹੋ, ਤੇਰਾ ਕੀ ਆ ਮਿੱਠਾ ਲੱਗਾ ਹਰਨਾਮ ਪਦਾਰਥ ਨਾਨਕ ਮੰਗੇ। ਨਾਲ ਹੀ ਮੈਂ ਕਈਆਂ ਨੂੰ ਬੇਨਤੀ ਕਰਦਾ, ਕਈ ਸਵਾਲ ਕਰਦੇ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸੀ ਜਿਹੜੇ, ਜੋ ਗੁਰੂ ਸੀ ਤਾਂ ਉਹ ਕਰਾਮਾਤ ਦਿਖਾਉਂਦੇ। ਮੈਂ ਉਹਨਾਂ ਦੁਸ਼ਦੋਖੀਆਂ ਨੂੰ ਇਹ ਸਵਾਲ ਦਾ ਜਵਾਬ ਦਿੰਦਾ ਕਿ ਕਰਾਮਾਤ ਇਹ ਨਹੀਂ ਹੁੰਦੀ ਕਿ ਤੱਤੀ ਤਵੀ ਨੂੰ ਠੰਡਾ ਕਰ ਦੇਣਾ, ਇਹ ਤਾਂ ਇੱਕ ਮਦਾਰੀਆਂ ਦਾ ਤਮਾਸ਼ਾ ਹੈ। ਸਭ ਤੋਂ ਵੱਡੀ ਕਰਾਮਾਤ ਹੈ ਇੱਕ ਤੱਤੀ ਤਵੀ 'ਤੇ ਬੈਠ ਕੇ ਵੀ ਠੰਡੇ ਰਹਿਣਾ, ਇਹ ਬਹੁਤ ਵੱਡੀ ਕਰਾਮਾਤ ਹੈ। ਸਾਰਿਆਂ ਨੂੰ ਸੰਦੇਸ਼ ਇਹੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੁੜੋ। ਇਹਨਾਂ ਗੁਰੂ ਸਾਹਿਬਾਨਾਂ ਨੇ ਸਾਡੇ 'ਤੇ ਐਡੀ ਵੱਡੀ ਘਾਲਣਾ ਘਾਲੀ ਹੈ, ਸਾਡੇ ਵਾਸਤੇ ਐਡੀਆਂ ਵੱਡੀਆਂ ਸ਼ਹੀਦੀਆਂ ਦਿੱਤੀਆਂ ਨੇ, ਉਹਨਾਂ ਦੇ ਦਿਹਾੜਿਆਂ ਨੂੰ ਸੁਚੱਜੇ ਢੰਗ ਨਾਲ ਮਨਾਓ ਅਤੇ ਨਾਲ ਹੀ ਆਪਣੇ ਬੱਚਿਆਂ ਨੂੰ ਗੁਰਬਾਣੀ ਸਿਖਾਓ, ਆਪ ਬਾਣੀ ਪੜ੍ਹੋ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਸਾਰੇ ਹੀ ਨਗਰ ਰੰਗੜਿਆਲ ਦੀਆਂ ਸੰਗਤਾਂ ਵੱਲੋਂ, ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਸਹਿ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਤਿੰਨਾਂ ਦੇ ਸ਼ਹੀਦੀ ਜੋੜ ਮੇਲੇ ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਮਨਾਏ ਗਏ ਹਨ। ਪਿਛਲੀ 1 ਤਰੀਕ ਤੋਂ ਸਾਰੇ ਹੀ ਨਗਰ ਦੇ ਸਹਿਯੋਗ ਦੇ ਨਾਲ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਔਰ ਸਤਿਕਾਰਯੋਗ ਮਾਤਾਵਾਂ ਭੈਣਾਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਹੋਏ ਨੇ ਔਰ ਠੰਡੇ ਔਰ ਮਿੱਠੇ ਜਲ ਦੀਆਂ ਸਬੀਲਾਂ ਲੱਗੀਆਂ ਨੇ। ਬਹੁਤ ਸਾਰੇ ਨੌਜਵਾਨ ਸੇਵਾਦਾਰਾਂ ਨੇ ਵੀ ਸੇਵਾ ਕੀਤੀ ਹੈ। ਅੱਜ ਸਮਾਂ ਹੈ ਕਿ ਆਪਣੇ ਜਿਹੜੇ ਨੌਜਵਾਨ ਸੇਵਾਦਾਰ ਨੇ, ਨੌਜਵਾਨ ਬੱਚੇ ਹਨ, ਉਹਨਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਦੇ ਨਾਲ ਜੋੜਿਆ ਜਾਏ, ਬੱਚੀਆਂ ਨੂੰ ਜੋੜਿਆ ਜਾਏ, ਵੀਰਾਂ ਨੂੰ ਜੋੜਿਆ ਜਾਏ। ਸੋ ਸਾਰੇ ਹੀ ਸੇਵਾਦਾਰਾਂ ਨੇ ਬਹੁਤ ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਲਵਾਈਆਂ ਨੇ। ਸਾਡੇ ਸਾਰੇ ਹੀ ਨਗਰ ਰੰਗੜਿਆਲ ਵੱਲੋਂ ਸਤਿਗੁਰਾਂ ਦੇ ਸ਼ਹੀਦੀ ਜੋੜ ਮੇਲੇ ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਮਨਾਏ ਗਏ ਹਨ, ਜੋ ਕਿ ਹਰੇਕ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਸ਼ਹੀਦੀ ਦਿਹਾੜੇ ਨਹੀਂ, ਸ਼ਹੀਦੀ ਜੋੜ ਮੇਲੇ ਮਨਾਉਣੇ ਚਾਹੀਦੇ ਨੇ ਸਤਿਗੁਰਾਂ ਦੇ ਪਾਵਨ ਪਵਿੱਤਰ ਬਾਣੀ ਨਾਲ ਜੁੜ ਕੇ। ਇਹੀ ਸਭ ਨੂੰ ਸੰਦੇਸ਼ ਹੈ ਕਿ ਸਤਿਗੁਰਾਂ ਦੀ ਬਾਣੀ ਨੂੰ ਆਪਾਂ ਆਪ ਪੜ੍ਹੀਏ, ਸੁਣੀਏ, ਸੇਵਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।